ਪਰਿਵਾਰ ਨੂੰ ਵੀ ਸ਼ਾਂਤੀ ਮਿਲੇ। ਮਨੋਜ ਨੂੰ ਬਿਠਾਓ ਨਾਲ ਜਿਹੜੀ ਮਰਜ਼ੀ ਗੱਡੀ ਨੂੰ ਚਾਬੀ ਲਾ ਲਓ, ਜਿਹੜੀ ਮਰਜ਼ੀ ਬਾਈਕ ਨੂੰ ਲਾ ਲਓ, ਜੇ ਚਾਬੀ ਨਾਲ ਨਾ ਲੱਗੇ ਚਾਬੀ ਕਾਸੇ ਨੂੰ ਸ਼ੈਂਪੂ ਨਾਲ ਇੱਕ ਫੋਨ ਪ੍ਰਧਾਨ ਸਾਹਿਬ ਕੋਲ ਅੱਜ ਕੋਈ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਮੈਂ ਘਰੋਂ ਅਜੇ ਆਇਆ ਹੀ ਸੀਗਾ, ਇਹਨੇ ਗੱਡੀ ਦੀ ਚਾਬੀ ਲਾਈ ਗੱਡੀ ਨੂੰ, ਵਿੱਚ ਬਹਿ ਗਿਆ। ਮੈਂ ਕਿਹਾ ਯਾਰ ਵੀ ਬੰਦਾ ਉੱਪਰਾ ਲੱਗਦਾ, ਮੈਂ ਇਹਨੂੰ ਕਿਹਾ ਮੈਂ ਹੈਲੋ ਮਨੋਜ ਕਿੱਥੇ ਆ, ਕਹਿੰਦਾ ਮੇਰੇ ਨਾਲ ਆ। ਜਦੋਂ ਇਹਨੇ ਕਿਹਾ ਮੇਰੇ ਨਾਲ ਆ, ਮੈਨੂੰ ਸ਼ੱਕ ਪੈ ਗਈ, ਮੈਂ ਉੱਥੇ ਹੀ ਗੱਡੀ ਉੱਦਾਂ ਹੀ ਛੱਡਤੀ। ਇਹ ਗੱਡੀ 'ਚੋਂ ਉਤਰ ਕੇ ਭੱਜ ਲਿਆ, ਮੈਂ ਵੀ ਇਹਦੇ ਮਗਰ ਭੱਜ ਲਿਆ। ਇੱਥੋਂ ਜਿਉਂ ਹੀ ਤੇਜ਼ ਹੋ ਗਿਆ ਮੈਂ ਆਵਾਜ਼ ਮਾਰਦੀ ਜੋ ਇੱਥੇ ਦਾਣਾ ਮੰਡੀ 'ਚ, ਮੈਂ ਕਿਹਾ ਵੀ ਬੰਦਾ ਫੜਿਓ, ਬੰਦਾ ਫੜਿਓ, ਫੜ ਲਿਆ ਜੀ। ਹੁਣ ਇਹ ਕਈ ਚੀਜ਼ਾਂ ਮੰਨ ਰਿਹਾ, ਖਮਾਣੋ ਦੇ ਦੋ ਬੰਦੇ ਦੱਸਦਾ ਇਹਦੇ ਨਾਲ, ਗੁਲਮੋਹਰ ਨਗਰ ਇਹਨੇ ਕਮਰਾ ਲਿਆ ਹੋਇਆ, ਆ ਤਕਰੀਬਨ ਦਿੱਲੀਓਂ ਲਿਆ ਕੇ ਮੋਟਰਸਾਈਕਲ, ਇਹਦੇ ਵਿੱਚ ਆਰ ਸੀ ਲਾਇਸੈਂਸ ਕੇ ਸਾਡਾ ਪਹਿਲਾਂ ਪਿਛਲੀ 26 ਤਰੀਕ ਨੂੰ ਸਾਡਾ ਇੱਥੇ ਰਾਜ ਕੁਮਾਰ ਜੀ ਸੀਗੇ ਮੁੰਡਾ, ਇੱਥੇ ਸਿਵੀਲ ਲੱਗੀ ਹੋਈ, ਸਾਰੀ ਦਿਹਾੜੀ ਉਹਨੇ ਸੇਵਾ ਕਰੀ। ਸ਼ਾਮ ਨੂੰ ਉਹਦੇ ਕੋਈ ਬੰਦਾ ਆਇਆ, ਕਹਿੰਦਾ ਵੀ ਗੱਡੀ ਮੰਜੀ ਸਾਹਿਬ ਖਰਾਬ ਹੋਈ ਖੜੀ ਆ ਸਬਜ਼ੀ ਦੀ, ਵੀ ਅਸੀਂ ਉਹ ਗੱਡੀ ਪਲਟੀ ਕਰਕੇ 5 ਨੰਬਰ ਇੱਥੇ ਲੈ ਕੇ ਆਉਣੀ ਆ ਸਬਜ਼ੀ ਮੰਡੀ। ਉਹ ਵਿਚਾਰਾ 2-3 ਬੰਦਿਆਂ ਨੇ ਸਾਡਿਆਂ ਨੇ ਜਵਾਬ ਦਿੱਤਾ, ਉਹਨੂੰ ਭੇਚਲ ਕੇ ਲੈ ਗਏ। 26 ਤਰੀਕ ਦਾ ਨਾ ਸਾਡਾ ਬੰਦਾ ਨਾ ਸਾਡੀ ਗੱਡੀ, ਪੁਲਿਸ ਪ੍ਰਸ਼ਾਸਨ ਨੂੰ ਵੀ ਗੁਹਾਰ ਲਾਈ ਆ, ਅਤੇ ਮੰਨ ਲਾ ਵੀ ਸਾਡਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ। ਇੱਕੋ ਫੜਿਆ ਜੀ, ਮੈਂ ਹੋਰ ਕੋਈ ਇਕੱਲਾ ਹੀ ਬੰਦਾ ਸੀ, ਇਹ ਇਕੱਲਾ ਹੀ ਫੜਿਆ। ਜੇ 1 ਸਕਿੰਟ ਮੰਨ ਲਾ ਵੀ ਨਾ ਮੈਂ ਗੱਡੀ ਲੈ ਕੇ ਆਉਂਦਾ ਤਾਂ ਇਹ ਗੱਡੀ ਲੈ ਕੇ ਰਫੂ ਚੱਕਰ ਹੋ ਗਿਆ ਸੀ। ਛੋਟਾ ਹਾਥੀ ਆ ਜੀ, ਹੁਣ ਇਹ ਪੁਲਿਸ ਪ੍ਰਸ਼ਾਸਨ ਚੌਂਕੀ ਆਪਣੇ ਥਾਣੇ 'ਚੋਂ ਆਏ ਨੇ, ਸਿਟੀ 'ਚੋਂ ਬੰਨ 'ਚੋਂ ਉਹ ਵੀਰ ਜੀ ਲੈ ਗਏ ਇਹਨਾਂ ਨੂੰ। ਜਿਸ ਤਰ੍ਹਾਂ ਲਗਾਤਾਰ ਵਾਰਦਾਤਾਂ ਵੱਧ ਰਹੀਆਂ ਨੇ ਜੀ, ਚੋਰੀਆਂ ਬਹੁਤ ਹੋ ਰਹੀਆਂ ਨੇ, ਕੀ ਕਹੋਗੇ? ਦੇਖੋ ਜੀ, ਇਹ ਬਹੁਤ ਢਿੱਲਾ, ਕਿਉਂਕਿ ਜੇ ਕਸਾਈ ਨਾ ਹੋਈ ਤਾਂ ਪੰਜਾਬ ਦਾ ਬੁਰਾ ਹਾਲ ਹੋ ਜਾਣਾ, ਕਿਉਂਕਿ ਗੱਡੀਆਂ ਸਾਡੇ ਕੋਲ ਕੰਮ ਤਾਂ ਪਹਿਲਾਂ ਹੀ ਨਹੀਂ ਹੈਗਾ, ਸਾਡੀਆਂ ਗੱਡੀਆਂ ਚੋਰੀਆਂ ਹੋਣ ਲੱਗ ਗਈਆਂ, ਸਾਨੂੰ ਪੁੱਛਦਾ ਹੀ ਨਹੀਂ ਕੋਈ ਵੀ ਇਹ ਕੀ ਹੋ ਰਿਹਾ, ਕੋਈ ਬੰਦਾ ਨਹੀਂ ਕਿਸੇ ਗੱਲ ਦਾ ਕੋਈ ਰਿਸਪੌਂਸ ਤਾਂ ਦਿੰਦਾ ਹੀ ਆ। ਇਸ ਤਰ੍ਹਾਂ ਹੰਬਲਾ ਤੁਸੀਂ ਮਾਰਿਆ, ਹੋਰ ਲੋਕਾਂ ਨੇ ਵੀ ਕਈ ਜਗ੍ਹਾ 'ਤੇ ਦੇਖਿਆ ਕਿ ਚੋਰ ਲੋਕ ਜਿਹੜੇ ਆਪ ਫੜਦੇ ਨੇ, ਪੁਲਿਸ ਆਪਣੀ ਜਿਹੜੀ ਭੂਮਿਕਾ ਨਿਭਾ ਰਹੀ, ਕੀ ਦੇਖਦੇ? ਭੂਮਿਕਾ ਜੀ, ਪੁਲਿਸ ਪ੍ਰਸ਼ਾਸਨ ਕਹਿੰਦੀ ਵੀ ਸਾਡੇ ਕੋਲ ਪੁਲਿਸ ਬਹੁਤ ਘੱਟ ਆ, ਸਮਝ ਲਓ ਗੱਲ, ਮੇਨ ਗੱਲ ਤਾਂ ਇਹੀ ਆ ਵੀ ਸਾਡੇ ਕੋਲ ਪੁਲਿਸ ਬਹੁਤ ਘੱਟ ਆ, ਕਿੱਥੇ ਕਿੱਥੇ ਭੇਜੀਏ, ਹੈ ਵੀ ਇੱਦਾਂ ਹੀ।
ਕਿਉਂਕਿ ਪੁਲਿਸ ਜੇ ਪੂਰੀ ਹੋਊਗੀ ਤੇ ਤਾਂ ਹੀ ਉਹ ਕਿਤੇ ਨਾਕਾ ਲਾਉਣਗੇ ਤੇ ਜਾਣਗੇ, ਜਾ ਕੇ ਕੰਮ ਕਰਨਗੇ ਆਪਣਾ। ਮੰਗ ਅਸੀਂ ਇਹੀ ਕਰਦੇ ਹਾਂ ਜੀ ਵੀ ਜਿਹੜਾ ਇਹ ਮੁੰਡਾ ਫੜਿਆ ਅੱਜ ਥਾਣੇ ਅਸੀਂ ਚੱਲੇ ਹਾਂ, ਉਹ ਸਾਹਿਬ ਲੈ ਗਏ ਅਤੇ ਉਹਦੇ ਬਾਅਦ ਪੂਰਾ ਸਿਕੰਜਾ ਜਿੰਨਾ ਇਹਨਾਂ ਦਾ ਗਰੋਹ ਇਕੱਠਾ ਕੀਤਾ ਜਾਵੇ। ਆਹ ਸਮਾਨ ਆ ਸਾਰਾ ਅਸੀਂ ਉੱਥੇ ਸਿਲੰਡਰ ਕਰਿਆ ਹੋਣਾ। ਇੱਕ ਅਸੀਂ ਆਟੋ ਵਾਲਾ ਫੜਾ ਕੇ ਭੇਜਿਆ, ਇੱਕ ਆਟੋ ਵਾਲਾ ਫੜਾਇਆ ਜੀ ਅਸੀਂ ਚੋਰੀ ਦਾ, ਇੱਦਾਂ ਹੀ ਯੂਨੀਅਨ ਦੇ ਮੂਹਰਿਓਂ ਚੁਕਾਇਆ ਉਹ ਵੀ ਗੱਡੂ ਚੰਡੀ ਡੱਡੂ ਮਾਜਰੇ ਤੋਂ ਚੋਰੀ ਕਰਕੇ ਲੈ ਕੇ ਆਇਆ ਸੀਗਾ ਜੀ।